ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਡੀਫਾਬ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ। ਲੁਧਿਆਣੇ ਦੇ ਚਾਬੇਵਾਲ ਵਿਖੇ ਕੈਮੀਕਲ ਫੈਕਟਰੀ ਤੋਂ ਲੋਕ ਪਰੇਸ਼ਾਨ ਨੇ ਤੇ ਉਹਨਾਂ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਤੇ ਫੈਕਟਰੀ ਦੇ ਬਾਹਰ ਪੱਕਾ ਮੋਰਚਾ ਲਗਾ ਦਿੱਤਾ ਗਿਆ। ਉਹਨਾਂ ਕਿਹਾ ਕਿ ਜੋ ਫੈਕਟਰੀ ਚਲਾਉਂਦੇ ਨੇ ਸਾਨੂੰ ਜਾਤੀ ਸੂਚਕ ਸ਼ਬਦ ਬੋਲਦੇ ਨੇ ਤੇ ਉੱਥੋਂ ਵਿਧਾਇਕ ਲੰਘ ਰਹੇ ਸੀ, ਉਹਨਾਂ ਨੇ ਆ ਕੇ ਫੈਕਟਰੀ ਦਾ ਜਾਇਜ਼ਾ ਲਿਆ। ਮੇਰਾ ਨਾਮ ਦਲਵੀਰ ਸਿੰਘ ਕਲੇਰ ਜੀ। ਦਲਵੀਰ ਜੀ, ਕਿਹੜੀ ਜਗ੍ਹਾ ਤੇ ਅੱਜ ਤੁਸੀਂ ਪ੍ਰਦਰਸ਼ਨ ਕਰ ਰਹੇ, ਕੀ ਵਜ੍ਹਾ? ਇਹ ਪਿੰਡ ਭੋਲਾਪੁਰ ਚਾਬੇਵਾਲਾ, ਇੱਥੇ ਜਿਹੜੀ ਇਹ ਫੈਕਟਰੀ ਆ ਨਜਾਇਜ਼ ਤੌਰ ਤੇ ਲਾਈ ਗਈ ਆ। ਕਾਹਦੀ ਫੈਕਟਰੀ? ਕਾਹਦੀ? ਇਹ ਕੈਮੀਕਲ ਫੈਕਟਰੀ ਆ। ਅੱਛਾ ਜੀ। ਜਦੋਂ ਕਿ ਫੈਕਟਰੀ ਲਈ ਫੋਕਲ ਪੁਆਇੰਟ ਬਣੇ ਆ, ਸਰਕਾਰ ਨੇ ਜਿਹੜੀਆਂ ਮਾਨਤਾ ਪ੍ਰਾਪਤ ਜਗ੍ਹਾ ਨੇ ਜਿਵੇਂ ਸਾਈਕਲ ਵੈਲੀ ਆ, ਫੋਕਲ ਪੁਆਇੰਟ ਆ, ਉੱਥੇ ਇਹ ਚੱਲ ਸਕਦੀ ਆ। ਪਰ ਇੱਥੇ ਇਹ ਜਿਹੜੀ ਫੈਕਟਰੀ ਆ ਇਹ 24 ਘੰਟੇ ਖੜਾਕ ਰਾਤ ਦਿਨ ਚੱਲਣੀ ਹੈ, 3 ਸ਼ਿਫਟਾਂ, 6 ਤੋਂ 2, 2 ਤੋਂ 10, 10 ਤੋਂ ਸਵੇਰੇ ਫਿਰ 6 ਵਜੇ ਰਾਤ ਦਿਨ। ਆ ਮੁਹੱਲੇ ਵਾਲੇ ਲੋਕਾਂ ਨੂੰ ਬੜੀ ਇਹਦੀ ਪ੍ਰੋਬਲਮ ਆਉਣੀ ਆ, ਇਸ ਕਰਕੇ ਕੈਮੀਕਲ ਫੈਕਟਰੀ ਆ, ਤੁਹਾਨੂੰ ਪਤਾ ਪੋਲਿਊਸ਼ਨ ਬਹੁਤ ਹੋਣਾ, ਇਹਨੂੰ ਬੰਦ ਕਰਾਉਣ ਦੇ ਲਈ ਲੋਕਾਂ ਨੇ ਤਹੱਈਆ ਕੀਤਾ। ਇਲਾਕੇ ਦੇ ਲੋਕ ਇਕੱਠੇ ਹੋ ਕੇ ਇਸ ਗੱਲ ਦੇ ਲਈ ਇੱਥੇ ਅੱਜ ਜਿਹੜਾ ਇਹ ਮੁਜ਼ਾਹਰਾ ਕਰ ਰਹੇ ਆ। ਇਹ ਮਾਲਕ ਨੂੰ ਮਿਲੇ ਵੀ ਆ, ਉਹਨੂੰ ਰਿਕੁਐਸਟ ਵੀ ਕੀਤੀ ਆ ਕਿ ਤੁਸੀਂ ਇਹ ਇੱਥੇ ਨਾ ਕੰਮ ਕਰੋ, ਪਰ ਉਹ ਵਜੇਦਿਆ। ਇਸ ਕਰਕੇ ਸਾਨੂੰ ਇਹਦੇ ਖਿਲਾਫ਼ ਨਾਅਰੇਬਾਜ਼ੀ ਕਰਨੀ ਪਈ ਆ। ਸਾਡੀ ਲੋਕਾਂ ਦੀ ਇਹੋ ਇੱਕੋ ਡਿਮਾਂਡ ਆ ਵੀ ਇਹ ਜਿਹੜੀ ਫੈਕਟਰੀ ਬੰਦ ਹੋਣੀ ਚਾਹੀਦੀ, ਹਰ ਹਾਲਤ ਵਿੱਚ ਫੈਕਟਰੀ ਨਹੀਂ ਚੱਲਣੀ ਚਾਹੀਦੀ। ਸ਼ਿਕਾਇਤ ਦਿੱਤੀ ਹੈ ਜੀ ਤੁਸੀਂ? ਹਾਂ, ਦਿੱਤੀ ਇਹਦੀ ਰਿਪੋਰਟ ਵੀ ਕਰਾਈ ਆ, DGP ਤੋਂ ਰਿਪੋਰਟ ਹੋ ਕੇ ਉਹ ਥਾਣੇ ਵੀ ਆ ਗਈ ਆ, ਕਾਨੂੰਨੀ ਕਾਰਵਾਈ ਵੀ ਅਸੀਂ ਕਰ ਰਹੇ ਹਾਂ। ਥਾਣਾ ਕਿਹੜਾ ਪੈਂਦਾ ਜੀ? ਜਮਾਲਪੁਰ ਥਾਣਾ ਪੈਂਦਾ ਵਾ। ਹੁਣ ਕੀ ਮੰਗ? ਕੀ ਬੰਦ ਕਰਾਉਣ ਦੀ ਮੰਗ ਕਰਦੇ ਹੋ? ਹਾਂ, ਬੰਦ ਕਰਾਉਣ ਦੀ। ਜੇਕਰ ਕੋਈ ਸੁਣਵਾਈ ਨਾ ਹੋਈ ਤਾਂ ਕਿਸੇ ਮੰਤਰੀ ਦੇ ਨਾਲ, ਕਿਸੇ ਲੀਡਰ ਨਾਲ ਮਿਲੋਗੇ? ਹਾਂ, ਜੇ ਨਾ ਸਾਡੀ ਸੁਣਵਾਈ ਹੋਈ, ਸਰਕਾਰ 'ਤੇ ਵੀ ਦਬਾਅ ਬਣਾਵਾਂਗੇ, ਮੰਤਰੀਆਂ ਨੂੰ ਮਿਲਾਂਗੇ, ਖਾਸ ਕਰਕੇ ਚੰਡੀਗੜ੍ਹ ਰੋਡ ਵੀ ਜਾਮ ਕਰਾਂਗੇ। ਅਤੇ ਅਸੀਂ ਇਹਨੂੰ ਹਰ ਹਾਲਤ ਵਿੱਚ ਹਰ ਹਰਬਾ ਜਰਬਾ ਵਰਤਾਂਗੇ। ਫੈਕਟਰੀ ਨਹੀਂ ਕਿਸੇ ਕੀਮਤ 'ਤੇ ਵੀ ਚੱਲਣ ਦੇਣੀ, ਇਹ ਸਾਡਾ ਤਹੀਆ ਕੀਤਾ। ਸਾਨੂੰ ਰੋਜ਼ ਇੱਥੇ ਭਾਵੇਂ ਸਵੇਰ ਤੋਂ ਲਾ ਕੇ ਸ਼ਾਮ ਤੱਕ ਨਾਅਰੇਬਾਜ਼ੀ ਮੁਰਦਾਬਾਦ ਜਿੰਦਾਬਾਦ ਕਰਨੀ ਪਵੇ, ਕਰਾਂਗੇ। ਔਰ ਲੋਕਾਂ ਦਾ ਸਾਥ ਅਤੇ ਸਹਿਯੋਗ ਸਾਡੇ ਨਾਲ ਆ। ਅੱਜ ਅਸੀਂ ਆ ਥੋੜ੍ਹੇ ਜਿਹੇ ਘਰ ਆ ਸਾਡੇ ਇਕੱਠੇ ਹੋਏ, ਫਿਰ ਅਸੀਂ ਜੰਗੀ ਪੱਧਰ ਦੇ ਉੱਤੇ ਲਾਗਲੇ ਲਾਗਲੇ ਪਿੰਡਾਂ 'ਚ ਵੀ ਜਿੱਥੇ ਜਿੱਥੇ ਵੀ ਸਾਡਾ ਤਾਲਮੇਲ ਬਣਾ ਕੇ ਲੋਕਾਂ ਦੇ ਨਾਲ, ਜਿਵੇਂ ਟ੍ਰੇਡ ਯੂਨੀਅਨ ਨਾਲ ਕੰਮ ਕਰਦੀਆਂ, ਕਿਸਾਨ ਯੂਨੀਅਨ ਵਾਲੇ ਵੀ ਹੋਏ, ਮਜ਼ਦੂਰ ਯੂਨੀਅਨ ਵਾਲੇ ਹੋਏ, ਅਸੀਂ ਉਹਨਾਂ ਨਾਲ ਵੀ ਲਿੰਕ ਬਣਾ ਕੇ ਅਤੇ ਇਹਨੂੰ ਬੰਦ ਕਰਾਉਣ ਦਾ ਜਿਹੜਾ ਉਪਰਾਲਾ ਕਰਾਂਗੇ। ਔਰ ਸਾਡੀ ਇੱਕੋ ਡਿਮਾਂਡ ਹੈ ਕਿ ਬੰਦ ਹੋਣੀ ਚਾਹੀਦੀ ਹੈ। ਮਾਤਾ ਜੀ, ਕੀ ਨਾਮ ਹੈ ਜੀ? ਕੁਲਵੰਤ ਕੌਰ। ਕਿਹੜੀ ਜਗ੍ਹਾ ਪ੍ਰਦਰਸ਼ਨ ਕਰ ਰਹੇ ਜੀ? ਸਾਡੇ ਬੱਚਿਆਂ ਨੂੰ ਬਹੁਤ ਪਰੇਸ਼ਾਨ ਹੁੰਦੀ ਹੈ, ਕੋਈ ਸਾਨੂੰ ਸੌਣੇ ਦਾ ਬਹੁਤ ਹੋਊਗਾ, ਸਾਡੇ ਖੜਕਾ ਕਰਦੇ, ਇਹਨਾਂ ਦੀ ਲੇਬਰ ਬਹੁਤ ਖੜਕਾ ਕਰਦੀ ਹੈ, ਖੜਕਾ ਕਰਕੇ ਸਾਨੂੰ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ। ਫਿਰ ਸਾਨੂੰ ਗਰੀਬ ਬਸਤੀ ਕਿਹਾ ਜਾਂਦਾ ਹੈ। ਬਿਮਾਰੀਆਂ ਦਾ ਜ਼ਿਕਰ ਕੀਤਾ ਜਾ ਰਿਹਾ, ਬਿਮਾਰੀਆਂ ਕੋਈ ਵੀ ਬਿਮਾਰੀ ਲੱਗ ਸਕਦੀ, ਜਾਂ ਬੰਦੇ ਨੇ ਸੌਣਾ ਨਹੀਂ, ਬੰਦੇ ਨੂੰ ਨੀਂਦ ਨਹੀਂ ਪੂਰੀ ਹੋਣੀ, ਉਹਨੂੰ ਬਿਮਾਰੀ ਲੱਗਣੀ ਆ, ਪਰੇਸ਼ਾਨ ਰਹਿਣਾ, ਜਾਂ ਬੱਚਿਆਂ ਦੀ ਪੜ੍ਹਾਈ ਖਰਾਬ, ਠੀਕ ਆ ਨਾ। ਬੱਚਿਆਂ ਦੇ ਹੁਣ ਪੇਪਰ ਹੁੰਦੇ, ਸੱਦੇ ਨੇ ਰਾਤ ਟਿਕਦੇ ਨਹੀਂ ਹੈਗੇ, ਭਈਏ ਕੂਕਾ ਮਾਰਦੇ ਆ, ਗਾਣੇ ਗਾਤੇ ਆ ਬਹੁਤ, ਭਈਏ ਗਾਣੇ ਗਾਤੇ ਆ, ਜਦ ਭਈਏ ਗਾਣੇ ਗਾ, ਮੈਂ ਬਾਬਾ ਬਈਆਂ ਨੂੰ ਕਿਹਾ ਵੀ ਭਾਈ ਤੁਸੀਂ ਕੂਕਾ ਨਾ ਮਾਰੋ, ਵੀ ਪਰੇਸ਼ਾਨ ਨਾ ਕਰੋ। ਇਹਨਾਂ ਨੇ ਬਈਆਂ ਨੇ ਬਾਬੂ ਨੂੰ ਫੋਨ ਕਰਤਾ, ਬਾਬੂ ਆ ਕੇ ਕਹਿੰਦਾ ਵੀ ਇਹ ਤਾਂ ਕਹਿੰਦੇ ਵੀ ਚੂੜੇ ਚਮਾਰਾ, ਕਹਿੰਦੇ ਚੂੜੇ ਚਮਾਰਾ ਨੂੰ ਬਕਵਾਸ ਕਰਨ ਦੀ ਆਦਤ ਹੈ, ਤੁਸੀਂ ਆਪਣਾ ਕੰਮ ਕਰੋ, ਸਾਨੂੰ ਇਹ ਗੱਲ ਦਾ ਬਹੁਤ ਦੁੱਖ ਹੈ। ਸ਼ਿਕਾਇਤ ਕਰਾਂਗੇ,
ਕਰੀ ਹੋਈ ਵੀ ਹੈਗੀ ਆ। ਮੇਰਾ ਨਾਮ ਤ੍ਰਿਭੁਵਨ ਸਿੰਘਲ ਹੈ। ਅਸੀਂ ਪਿੰਡ ਚਾਬੇਵਾਲ 'ਚ ਇੱਕ ਗੋਦਾਮ ਬਣਾ ਰਹੇ ਹਾਂ ਜਿਹਦੇ ਵਿੱਚ ਫੂਡ ਆਈਟਮ ਸਟੋਰ ਕੀਤੀ ਹੋਈ ਹੈ। ਪਿੰਡ ਵਾਲਿਆਂ ਨੂੰ ਵਹਿਮ ਹੈ ਕਿ ਅਸੀਂ ਫੈਕਟਰੀ ਲਗਾ ਰਹੇ ਹਾਂ, ਅਸੀਂ ਫੈਕਟਰੀ ਨਹੀਂ ਲਗਾ ਰਹੇ। ਉਹਨਾਂ ਨੂੰ ਦਿਖਾ ਵੀ ਦਿੱਤਾ, ਪ੍ਰੋਡਕਟ ਦਿਖਾ ਵੀ ਦਿੱਤਾ, ਮੱਕੀ ਦਾ ਆਟਾ ਉਹ ਰੱਖਿਆ ਹੋਇਆ, ਬਟ ਪਿੰਡ ਵਾਲੇ ਸਮਝਦੇ ਨਹੀਂ ਹੈ, ਕੁਛ ਇਲਜ਼ਾਮ ਲਗਾ ਰਹੇ। ਅਸੀਂ ਪੁਲਿਸ 'ਚ ਕੰਪਲੇਂਟ ਕੀਤੀ ਹੋਈ ਹੈ, ਪੁਲਿਸ ਵਾਲਿਆਂ ਕੋਲ ਜਾ ਨਹੀਂ ਰਹੇ। ਅਸੀਂ ਇਹਨਾਂ ਨੂੰ ਇਹੋ ਦਰਖਾਸਤ ਕਰਦੇ ਹਾਂ ਕਿ ਜੋ ਵੀ ਕਹਿਣਾ ਉੱਥੇ ਜਾ ਕੇ ਕਹੋ, ਅਸੀਂ ਉਹਨਾਂ ਨਾਲ ਪੂਰੀ ਕੋਆਪਰੇਸ਼ਨ ਕਰਨ ਨੂੰ ਤਿਆਰ ਹਾਂ। ਇੱਕ ਉਹਨਾਂ ਨੇ ਕਿਹਾ ਕਿ ਤੁਸੀਂ ਕੋਈ ਜਾਤੀ ਸੂਚਕ? ਸਰ ਮੈਂ ਕੋਈ ਨਹੀਂ ਕਿਹਾ, ਮੈਂ ਇੱਥੇ ਆਪਣਾ ਆਰਾਮ ਨਾਲ ਖੜ੍ਹਾ। ਉਹਨਾਂ ਨੇ ਐਵੇਂ ਸਾਡੇ ਨਾਲ ਪੰਗਾ ਲੈਣ ਲਈ ਜਾਤੀ ਸੂਚਕ ਵਰਡ ਜਾਣ ਕੇ ਕਹਿ ਰਹੇ ਨੇ, ਅਸੀਂ ਉਹਨਾਂ ਨੂੰ ਕੁਛ ਨਹੀਂ ਕਿਹਾ। ਮੈਂ 3 ਦਿਨਾਂ ਤੋਂ ਇਹਨਾਂ ਨੂੰ ਕਹਿ ਰਿਹਾ ਕਿ ਪੁਲਿਸ ਥਾਣੇ, ਪੁਲਿਸ ਦੇ ਸਾਹਮਣੇ ਗੱਲ ਕਰ ਲਓ, ਬਟ ਇਹ ਜਾ ਨਹੀਂ ਰਹੇ। ਇਕੱਲੇ ਗੋਦਾਮ ਹੈ, ਗੋਦਾਮ ਹੈ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੋਈ ਵੀ ਇੱਦਾਂ ਦਾ ਮਾਲ ਨਹੀਂ ਰੱਖਿਆ ਹੋਇਆ ਜਿਹੜਾ ਇਹਨਾਂ ਨੂੰ ਓਬਜੈਕਸ਼ਨ ਹੋਵੇ, ਬਟ ਇਕੱਠੇ ਹੋ ਕੇ ਕੋਈ ਨਾ ਕੋਈ ਦਿੱਕਤ ਕ੍ਰੀਏਟ ਕਰ ਰਹੇ। ਕੀ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਹੋਈ ਤੁਹਾਡੀ ਕੋਈ? ਸਰ ਇਹ ਪਹਿਲਾਂ ਹੀ ਜਦ ਵੀ ਗੱਲ ਕਰਨ ਲੱਗੋ ਕੋਈ ਨਾ ਕੋਈ ਪੁੱਠੀ ਜੀ ਗੱਲ ਕਰ ਦਿੰਦੇ ਨੇ ਕਿ ਮੈਨੂੰ ਜਾਤੀ ਸੂਚਕ ਵਰਡ ਕਹੇ, ਇੱਦਾਂ ਕਿਹਾ। ਅਸੀਂ ਕੁਛ ਨਹੀਂ ਕਿਹਾ ਇਹਨਾਂ ਨੂੰ, ਬਟ ਜਦੋਂ ਇਕੱਠੇ ਹੋ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੀ ਗੱਲਾਂ ਕਰਦੇ ਨੇ, ਤਾਂ ਅਸੀਂ ਇਹਨਾਂ ਨੂੰ ਇਹੋ ਕਿਹਾ ਕਿ ਸਾਨੂੰ ਕੋਈ ਵੀ ਗੱਲ ਆਪਾਂ ਇਕੱਲੇ 'ਚ ਨਹੀਂ ਕਰਾਂਗੇ, ਤੁਸੀਂ ਜੋ ਵੀ ਹੈ ਥਾਣੇ ਆ ਕੇ ਸਾਡੇ ਨਾਲ ਗੱਲ ਕਰੋ, ਤਾਂ ਅਸੀਂ ਥਾਣੇ ਪੁਲਿਸ ਦੇ ਸਾਹਮਣੇ ਗੱਲ ਕਰ ਲਾਂਗੇ, ਤਾਂ ਕਿ ਕੋਈ ਵੀ ਬਦਜ਼ੁਬਾਨੀ ਨਹੀਂ ਰਹੂਗੀ। ਇਹਨਾਂ ਨੇ ਸਾਨੂੰ ਬਹੁਤ ਕੁਛ ਕਿਹਾ, ਅਸੀਂ ਪਿੱਛੇ ਹੋ ਗਏ, 100 ਬੰਦਾ ਇਕੱਠਾ ਹੋਇਆ ਹੋਇਆ, ਤਾਂ ਅਸੀਂ ਇਹਨਾਂ ਨੂੰ ਹਜੇ ਤੱਕ ਇੱਦਾਂ ਕੁਛ ਨਹੀਂ ਕਿਹਾ। ਇਲਾਕੇ ਦੇ ਲੋਕ ਨਹੀਂ, ਅਗਰ ਉਹਨਾਂ ਦੀ ਕੋਈ ਡਿਮਾਂਡ ਹੈ ਤਾਂ ਉਹਨਾਂ ਕੋਈ ਡਿਮਾਂਡ ਨਹੀਂ ਹੈ। ਇਹਨਾਂ ਨੂੰ ਮੈਂ ਕਿਹਾ ਸੀਗਾ, ਮੈਂ ਕਿਹਾ ਸੜਕ ਠੀਕ ਕਰਾਉਣੀ ਉਹ ਵੀ ਮੈਂ ਕਰਾ ਕੇ ਦੂੰਗਾ, ਲਾਈਟਿੰਗ ਠੀਕ ਕਰਾ ਕੇ ਦੂੰਗਾ। ਇਹਨਾਂ ਦੇ ਇੱਕ ਤੁਸੀਂ ਪਿੱਛੇ ਦੇਖੋਗੇ ਪੋਲ ਗਿਰਿਆ ਹੋਇਆ ਹੈ ਗਲੀ ਦਾ, ਉਹ ਪੋਲ ਵੀ ਮੈਂ ਆਪਣੇ ਪੈਸੇ ਖਰਚ ਕੇ ਠੀਕ ਕਰਾ ਰਿਹਾ, ਉਸ 'ਚ ਵੀ ਓਬਜੈਕਸ਼ਨ ਹੈ। ਰਾਤੀ ਕੁੰਡੀਆਂ ਮਾਰਦੇ ਨੇ, ਅਗਰ ਤੁਸੀਂ ਦੇਖੋਗੇ ਲਾਸਟ ਵਾਲਾ ਪੋਲ ਗਿਰਿਆ ਪਿਆ, ਅਸੀਂ ਉਹਨੂੰ ਬਿਜਲੀ ਦਫ਼ਤਰ ਵਾਲਿਆਂ ਨੂੰ ਕਿਹਾ, ਉਹ ਕਹਿੰਦੇ ਠੀਕ ਹੈ ਅਸੀਂ ਲਗਾ ਜਾਂਦੇ ਹਾਂ, ਬਟ ਇਹ ਲਗਾਉਣ ਨਹੀਂ ਦੇ ਰਹੇ। ਕਹਿੰਦੇ ਪੋਲ ਅਗਰ ਅੱਜ ਮੈਂ ਦੀਵਾਰ ਕੱਢ ਦਿੰਦਾ ਪੋਲ ਗਿਰ ਜਾਏਗਾ, ਕਿਸੇ ਦੇ ਸੱਟ ਫੇਟ ਲੱਗ ਜਾਏਗੀ ਜਾਂ ਪਟਾਕਾ ਪੈ ਜਾਏਗਾ, ਤਾਂ ਉਹ ਨਹੀਂ ਕਰ ਰਹੇ, ਇਹ ਉਹਦੇ 'ਚ ਵੀ ਕੋਆਪਰੇਟ ਨਹੀਂ ਕਰ ਰਹੇ। ਇਹਨਾਂ ਨੂੰ ਪੋਲ ਰਾਤੀ ਕੁੰਡੀਆਂ ਮਾਰਨ ਲਈ ਚਾਹੀਦੀਆਂ, ਅਸੀਂ ਉਹ ਠੀਕ ਹੋ ਜਾਏਗਾ ਤਾਂ ਕੁੰਡੀਆਂ ਨਹੀਂ ਵੱਜਣਗੀਆਂ, ਉਹਦੇ ਲਈ ਓਬਜੈਕਸ਼ਨ ਕਰ ਰਹੇ। ਮੈਂ ਤਾਂ ਕੁਦਰਤੀ ਇੱਕ ਭੋਗ ਤੋਂ ਆ ਕੇ ਇੱਥੋਂ ਖਵਾਜਕ ਤੋਂ ਲੰਘ ਰਿਹਾ ਸੀ ਸਾਹਿਬਾਂ ਝਾਬਿਆਂ 'ਚੋਂ, ਜਦੋਂ ਸਾਰੇ ਪਿੰਡ ਵਾਸੀ ਖੜ੍ਹੇ ਹੋਏ ਦੇਖੇ, ਅਤੇ ਕਿਉਂਕਿ ਮੇਰਾ ਪਿੰਡ ਹੈ, ਮੇਰੇ ਪਰਿਵਾਰ ਹੈ, ਮੈਂ ਰੁਕ ਕੇ ਪੁੱਛਿਆ ਵੀ ਕੀ ਗੱਲ ਹੋਈ। ਉਹ ਕਹਿੰਦੇ ਪਿੱਛੇ ਇੱਕ ਫੈਕਟਰੀ ਲੱਗ ਰਹੀ ਹੈ ਕੈਮੀਕਲ ਦੀ, ਫੈਕਟਰੀ ਦੌਰਾ ਕੀਤਾ ਹੈ, ਕਹਿੰਦੇ ਅਸੀਂ ਗੋਦਾਮ ਬਣਾਇਆ। ਪਰ ਮੈਂ ਅਫਸਰ ਨੂੰ ਕਿਹਾ ਕਿ ਸਾਰੀ ਚੈੱਕਅਪ ਕਰਾ ਲੈਣਾ ਕਿ ਕਾਹਦੀ ਮਨਜ਼ੂਰੀ ਲੈ ਰਹੇ ਆ, ਕਿੱਥੋਂ ਮਨਜ਼ੂਰੀ ਲਈ ਹੈ, ਕਿਵੇਂ ਬਣਿਆ, ਕਿਉਂ ਬਣਿਆ। ਅਤੇ ਜੇ ਕੋਈ ਇੰਡਸਟਰੀ ਜਾਂ ਪਿੰਡ ਵਾਸੀ ਨਹੀਂ ਨਾਰਾਜ਼ ਹੋਏ ਤਾਂ ਆਪਾਂ ਪਿੰਡ ਨੂੰ ਪਹਿਲ ਦੇਣੀ ਹੈ, ਜਿਵੇਂ ਪਿੰਡ ਕਹੂਗਾ ਉਦੋਂ। ਸੋ ਜਿਵੇਂ ਤੁਸੀਂ ਸੁਣਿਆ, ਸਥਾਨਕ ਲੋਕਾਂ ਵੱਲੋਂ ਵੀ ਕਿਹਾ ਗਿਆ ਕਿ ਇਹ ਕੈਮੀਕਲ ਫੈਕਟਰੀ ਤੋਂ ਅਸੀਂ ਪਰੇਸ਼ਾਨ ਹਾਂ ਅਤੇ ਇਹਨੂੰ ਬੰਦ ਕਰਨਾ ਚਾਹੀਦਾ ਹੈ, ਅਤੇ ਦੂਜੇ ਪਾਸੇ ਵਿਧਾਇਕ ਵੱਲੋਂ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ, ਅਤੇ ਨਾਲ ਹੀ ਮਾਲਕ ਵੱਲੋਂ ਵੀ ਕਿਹਾ ਗਿਆ ਕਿ ਇਹ ਕੈਮੀਕਲ ਫੈਕਟਰੀ ਨਹੀਂ ਹੈ, ਇੱਕ ਗੋਦਾਮ ਹੈ। ਹੁਣ ਵੇਖਣਾ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਅੱਗੇ ਕੀ ਨਵਾਂ ਮੋੜ ਆਉਂਦਾ ਵਾਲਾ ਸਮਾਂ ਸੀਗਾ। ਕੈਮਰਾ ਪਰਸਨ ਜੋਨਸਨ ਦੇ ਨਾਲ ਮੈਂ ਬਲਵਿੰਦਰ ਸਿੰਘ, ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂ, ਆਜ਼ਾਦ ਹਾਂ, ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਸ ਚਰਚੇ। ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ।
ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਅਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।